का दर्शन देख देख दीवा गुर का दर्शन देख देख दीवा जपो गुर का दर्शन सारे गुर का दर्शन देख देख दीवा गुर के चरण चरण तोए तोए पीवा गुरु का दर्शन देख देख जीवा गुरु का दर्शन देख देख जीवा गुरु का दर्शन देख देख जीवा गुरु का दर्शन देख चरण तोए तोए पीवा गुर के चरण तोए तोए पीवा तिस गुर को सिमरो सास सास गुर मेरे प्राण सत गुर मेरी राह गुर को सिमरो सास सास गुर मेरे प्राण सत गुर मेरी राह तिस गुर को सिमरो सास सास गुर मेरे सतगुर मेरी राह गुर सिमरो सास सास गुर मेरे प्राण सतगुर मेरी राह गुर का दर्शन दर्शन देख देख जीवा देख जीवा गुर का दर्शन दर्शन देख देख जीवा गुर के चरण दर्शन देख देख जीवा गुर का दर्शन देख देख जीवा गुर के चरण हमारे पाग कर आया फिर
सगलापन हरा सगलापन गुर को सिमरो सास सास गुर मेरे प्राण सत गुर मेरी राम जिस गुर को सिमरो सास सास गुर मेरे प्राण सत गुर मेरी राम जिस गुर को सिमरो सास सास गुर मेरे प्राण सत गुर मेरी राम जिस गुर को सिमरो सास सास गुर मेरे प्राण सत गुर मेरी राम गुर का दर्शन देख देख जीवा देख जीवा का दर्शन दर्शन देख देख जीवा गुर के चरण धोए धोए पीवा गुर के चरण धोए धोए पीवा सारे जाने गज के जुड़ो क्योंकि जेडे डरते बैठे हैं ना धन गुरु नानक देव जी महाराज पहले ऐसे रैबर होए ने जिन्हें सारिया नू गल नाल लाया है कुरान दे विचो कदी राम की आवाज नहीं आ सकती ना रामायण दे विचो अल्लाहू की आवाज आ सकती है पर सिखा तो मान करी ਜਿਹੜੇ ਗੁਰੂ ਦੇ ਤੂੰ ਲੜ ਲੱਗਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਸਾਰਿਆਂ ਨੂੰ ਆਪਣੀ ਗੱਲ ਵੱਖੜੇ 'ਚ ਲੈਂਦੇ ਉਹ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਿਆਈ ਨਾ ਕੋ ਬੈਰੀ ਨਹੀਂ ਬੇਗਾਨਾ ਨਾ ਕੋ ਬੈਰੀ ਨਹੀਂ ਬੇਗਾਨਾ ਨਾ ਕੋ ਬੈਰੀ ਨਹੀਂ ਬੇਗਾਨਾ ਨਾ ਕੋ ਬੈਰੀ ਨਹੀਂ
ਭਲਿਆ ਤੂੰ ਰਾਮ ਰਾਮ ਜਪਣਾ ਹਿਰਦੇ ਤੋਂ ਜਪੀ ਤੂੰ ਅੱਲਾਹੂ ਕਰਨਾ ਹੈ ਮਨ ਦੇ ਨਾਲ ਕਰੇ ਤੂੰ ਵਾਹਿਗੁਰੂ ਕਹਿਣਾ ਚਿੱਤ ਜੋੜ ਕੇ ਕਰੀ ਦੇਖੀ ਕਿਤੇ ਫੋਕਾ ਕਰਮ ਕਾਂਡ ਨਾ ਬਣ ਜਾਏ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮ ਨੋਈ ਇਹ ਡਿਬੇਟ ਉਦੋਂ ਵੀ ਚੱਲਦੀ ਸੀ ਗੁਰੂ ਨਾਨਕ ਸਾਹਿਬ ਵੇਲੇ ਵੀ ਤੇ ਅੱਜ ਤੱਕ ਇਹ ਡਿਬੇਟ ਮੁੱਕੀ ਨਹੀਂ ਹੈ ਕੋਈ ਵੀ ਚੈਨਲ ਖੋਲ ਕੇ ਦੇਖ ਲਓ ਹਿੰਦੂ ਮੁਸਲਮਾਨ ਨੇ ਹਿੰਦੂ ਮੁਸਲਮਾਨ ਨਹੀਂ ਹੁੰਦਾ ਹੈ ਗੁਰੂ ਨਾਨਕ ਸਾਹਿਬ ਉਦੋਂ ਹੀ ਗੱਲ ਨਿਬੇੜ ਗਏ ਸੀ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮ ਨੋਈ ਸਤਿਗੁਰੂ ਕਹਿੰਦੇ ਨਹੀਂ ਇਹਨਾਂ ਚੋਂ ਕੋਈ ਵੀ ਵੱਡਾ ਨਹੀਂ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਜੇ ਉਦੋਂ ਸਿੱਖ ਹੁੰਦੇ ਤੇ ਸਤਿਗੁਰੂ ਨੇ ਵੀ ਕਹਿਣਾ ਸੀ ਕਿ ਦੋਨੋਂ ਨਹੀਂ ਇਹ ਤਿੰਨੋਂ ਰੋਈ ਕਿ ਜਿਹਨੇ ਮਨ ਦੇ ਨਾਲ ਨਹੀਂ ਜਪਿਆ ਜਿਹਨੇ ਹਿਰਦੇ ਨਾਲ ਨਹੀਂ ਜਪਿਆ ਕੇਵਲ ਰਸਨਾ ਤੋਂ ਉਚਾਰਨ ਕਰਦਾ ਰਿਹਾ ਜਿਹਨੇ ਅਮਲ ਨਹੀਂ ਕੀਤਾ ਉਹ ਜ਼ਿੰਦਗੀ 'ਚ ਰੋਏ ਗਏ ਕਿਉਂਕਿ ਹਿਰਦੇ 'ਚ ਵਸਾਉਣ ਦੀ ਖੇਡ ਹੈ ਕਰੋ ਕਿਰਪਾ ਕੋਈ ਵੀ ਰਸਨਾ ਵਾਲੀ ਕੋਈ ਬੋਲੇ ਰਾਮ ਰਾਮ ਕੋਈ ਬੋਲੇ ਰਾਮ ਰਾਮ ਕੋਈ ਬੋਲੇ ਰਾਮ ਰਾਮ ਕੋਈ ਬੋਲੇ ਰਾਮ ਰਾਮ ਕਰੋ ਕਿਰਪਾ
ਕਾਜੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਤਿਸ ਗੁਰ ਕੇ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਮੇਰੀ ਸਭ ਮੀਤ ਜਿਨ ਗੁਰਮੋ ਕੋ ਦੀਨਾ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੇ ਰਾਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੇ ਰਾਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੇ ਰਾਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੇ ਰਾਸ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੇ ਚਰਨ
ਸਤਨਾਮ ਵਾਗੇ ਗੁਰੂ ਸਤਨਾਮ ਵਾਗੇ ਗੁਰੂ ਵਾਹੇ ਗੁਰੂ ਨਾਮ ਵਾਹੇ ਨਾਮ ਕੇ ਵਿਆਪਾਰੀ ਹਰ ਕੇ ਨਾਮ ਕੇ ਹਰ ਕੇ ਨਾਮ ਕੇ ਵਿਆਪਾਰੀ ਨਾਮ ਹੀਰਾ ਹੱਥ ਚੜਿਆ ਨਿਰਮੋਲ ਛੂਟ ਗਏ ਸੰਸਾਰੀ ਮੇਰਾ ਹੱਥ ਚੜਿਆ ਨਹੀਂ ਇਹ ਸੱਚ ਹੈ ਕਿ ਜਿਹੜੀ ਸਵਾਸਾਂ ਰੂਪੀ ਪੂੰਜੀ ਹੈ ਬਹੁਤ ਅਮੁੱਲਕ ਹੈ ਦੁਨੀਆਂ ਦੀ ਸਾਰੀ ਧਨ ਦੌਲਤ ਇੱਕ ਸਾਈਡ 'ਤੇ ਰੱਖ ਦਿਓ ਦੁਨੀਆਂ ਦੇ ਕਿਸੇ ਵੀ ਡਾਕਟਰ ਨੂੰ ਕਹਿ ਦਿਓ ਕਿ ਮੈਨੂੰ ਇਸ ਦੌਲਤ ਦੇ ਬਦਲੇ ਕੋਈ ਸਵਾਸ ਬਖਸ਼ਿਸ਼ ਕਰ ਦਿਓ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਜਿਹੜੀ ਪੂੰਜੀ ਸਤਿਗੁਰੂ ਨੇ ਦੇ ਕੇ ਭੇਜਿਆ ਹੈ ਦੁਨੀਆਂ ਦਾ ਕੋਈ ਵੈਦ ਹਕੀਮ ਡਾਕਟਰ ਤੁਹਾਨੂੰ ਇੱਕ ਸਾਹ ਵੀ ਪੂਰੀ ਦੁਨੀਆਂ ਦੀ ਦੌਲਤ ਬਦਲੇ ਦੇ ਸਕੇ ਇਹ ਨਹੀਂ ਹੋ ਸਕਦਾ ਕਰੋਨਾ ਕਾਲ ਵੇਲੇ ਤੁਸੀਂ ਆਪਣੇ ਅੱਖੀਂ ਦੇਖਿਆ ਹੋਏਗਾ ਕਿ ਸਾਹਾਂ ਦੀ ਕੀਮਤ ਕਿੰਨੀ ਸੀ ਜਦੋਂ ਮਨੁੱਖ ਨੂੰ ਵੈਂਟੀਲੇਟਰ 'ਤੇ ਲਾਉਂਦੇ ਪਰਿਵਾਰ ਦੀ ਉਦੋਂ 90% ਆਸ ਟੁੱਟ ਜਾਂਦੀ ਹੁਣ ਵੈਂਟੀਲੇਟਰ 'ਤੇ ਪਹੁੰਚ ਗਏ ਹੁਣ ਖੇਡ ਖਤਮ ਹੋ ਗਈ ਅਤੇ ਸਤਿਗੁਰੂ ਨੇ ਸਾਨੂੰ ਕਿੰਨੀ ਖੁੱਲ੍ਹੀ ਫਿਜ਼ਾ ਬਖਸ਼ੀ ਹੈ ਕਿੰਨੀ ਸ਼ੁੱਧ ਆਕਸੀਜਨ ਬਖਸ਼ੀ ਹੈ ਇਹ ਨਿਰਮੋਲਕ ਹੈ ਇਹ ਜਿਹੜੇ ਸਵਾਸ ਨੇ ਜਦੋਂ ਅੰਤਿਮ ਅਰਦਾਸ ਹੁੰਦੀ ਹੈ ਨਾ ਸਾਰੇ ਕਹਿੰਦੇ ਕਿ ਸਤਿਗੁਰੂ ਜਿੰਨੀ ਤੁਸੀਂ ਸਵਾਸਾਂ ਰੂਪੀ ਪੂੰਜੀ ਦੇ ਕੇ ਭੇਜਿਆ ਸੀ ਉਹਨੂੰ ਭੋਗਦਿਆਂ ਹੋਇਆਂ ਮਨੁੱਖ ਤੁਹਾਡੇ ਚਰਨਾਂ 'ਚ ਜਾ ਮੇਰਾ ਜੀ ਸਤਿਗੁਰੂ ਕਹਿੰਦੇ ਇਹ ਨਿਰਮੋਲਕ ਹੈ ਇਹਦਾ ਕੋਈ ਮੁੱਲ ਨਹੀਂ ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਹਰ ਕੇ ਨਾਮ ਕੇ ਜਿਹੜੇ ਉਹਦੇ ਨਾਮ ਦੇ ਵਣਜ ਕਰਨ ਵਾਲੇ ਹੈ ਜਿਹੜੇ ਨਾਮ ਨੂੰ ਜਪਣ ਵਾਲੇ ਜਿਹਦੇ ਨਾਮ ਨੇ ਵਪਾਰ ਕੀਤਾ ਸਤਿਗੁਰੂ ਕਹਿੰਦੇ ਉਹਨਾਂ ਦੀ ਕੀਮਤ ਬਹੁਤ ਹੈ ਆਓ ਇਹ ਸਾਰੇ ਜਾਣੇ ਪੰਕਤੀਆਂ ਗਾਇਨ ਕਰਿਓ ਮਨ ਬਿਰਤੀਆਂ ਇਕਾਗਰ ਕਰਕੇ ਜਪੋ ਤੁਹਾਡੀ ਸੁਰਤ ਸ਼ਬਦ ਦੇ ਨਾਲ ਮਿਲੇ ਇਹ ਯਤਨ ਕਰੋ ਨਾਮ ਕੇ ਵਿਆਪਾਰੀ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹੱਥ ਚੜਿਆ ਨਿਰਮੋਲ ਛੂਟ ਗਈ ਸੰਸਾਰੀ ਹੀਰਾ ਹੱਥ ਚੜਿਆ ਨਿਰਮੋਲ ਛੂਟ ਗਈ ਸੰਸਾਰੀ ਅੰਤਰਜਾਮੀ ਸੋ ਪ੍ਰਭ ਪੂਰਾ
अंतर जामी सो प्रभ पूरा अंतर अंतर जामी सो प्रभ पूरा दान दे सारी संगत नाम के व्यापारी नाम के व्यापारी हर के नाम हीरा रात चढ़े आए मोल छूट गई संसारी Wah, Guru, Wah, Guru, Wah, Guru, Wah, Guru.
ਵਾਹਿਗੁਰੂ 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 ਅੰਤਰ ਜਾਮੀ ਸੋ ਪ੍ਰਭ ਪੂਰਾ ਅੰਤਰ ਜਾਮੀ ਸੋ ਪ੍ਰਭ ਪੂਰਾ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਦਾਨ ਦੇ ਸਾਧੂ ਪੂਰਾ ਦਾਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪਰ ਅਜੇ ਵੀ ਸਿੱਖਿਆ ਨਹੀਂ ਇੱਥੇ ਕੋਈ ਵੀ ਸਿੱਖ ਆਪਣਾ ਹੱਥ ਖੜਾ ਕਰਕੇ ਕਹੇ ਜਿੰਨੇ ਆਪਣੇ ਬੱਚੇ ਨੂੰ ਕਮਿਸ਼ਨਰ ਬਣਾਇਆ ਹੋਵੇ ਆਈਪੀਐਸ ਬਣਾਇਆ ਹੋਵੇ ਅੱਜ ਲੋੜ ਹੈ ਇਹਨਾਂ ਵੱਡਿਆਂ ਅਹੁਦਿਆਂ ਤੇ ਸੱਚ ਜਾਣਿਓ ਜੇ ਲੰਗਰ ਲਾਉਣ ਵਾਸਤੇ ਸਿੱਖ ਹੈ ਜਦੋਂ ਗੁਰਦੁਆਰਾ ਦੇਖਦੇ ਨੇ ਕਿਸੇ ਭੁੱਖੇ ਨੂੰ ਆਸ ਲੱਗ ਜਾਂਦੀ ਹੈ ਕਿ ਇਹ ਗੁਰੂ ਘਰ ਹੈ ਇੱਥੇ ਮੈਨੂੰ ਰਹਿਣ ਲਈ ਮਕਾਨ ਕਮਰਾ ਵੀ ਮਿਲੇਗਾ ਤੇ ਖਾਣ ਲਈ ਭੋਜਨ ਵੀ ਮਿਲੇਗਾ ਲੰਗਰ ਵੀ ਮਿਲੇਗਾ ਤੇ ਜਿੱਥੇ ਸਿੱਖ ਆਫੀਸਰ ਹੋਏਗਾ ਸੱਚ ਜਾਣਿਓ ਸਾਰੀਆਂ ਕੌਮਾਂ ਨੂੰ ਇਹ ਵਿਸ਼ਵਾਸ ਹੋਏਗਾ ਇਹ ਸਰਦਾਰ ਹੈ ਇੱਥੇ ਧੱਕਾ ਨਹੀਂ ਹੋ ਸਕਦਾ ਕੋ ਸਤਨਾਮ ਆਪਣੇ ਬੱਚਿਆਂ ਨੂੰ ਅੱਜ ਲੋੜ ਹੈ ਇਹਨਾਂ ਚੀਜ਼ਾਂ ਵੱਲ ਤੋਰਨ ਦੀ ਕੋਰੋਨਾ ਕਾਲ ਦੇ ਵਿੱਚ ਡਾਕਟਰ ਵੀ ਜਲਾਦ ਬਣੇ ਸੀ ਬਹੁਤ ਆਦ ਬਹੁਤ ਚੰਗੇ ਡਾਕਟਰ ਵੀ ਸੀ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ ਪਰ ਕਈ ਮਾੜੇ ਡਾਕਟਰਾਂ ਨੇ ਕੋਰੋਨਾ ਦੀ ਆੜ ਦੇ ਵਿੱਚ ਬੰਦਿਆਂ ਦਾ ਬਹੁਤ ਨੁਕਸਾਨ ਕੀਤਾ ਹੈ ਪਰ ਮੈਂ ਫਿਰ ਦਾਅਵੇ ਨਾਲ ਕਹਿੰਦਾ ਜੇ ਮੈਂ ਆਪਣੇ ਗੁਰੂ 'ਤੇ ਮਾਣ ਕਰਕੇ ਕਹਿੰਦਾ ਕਿ ਜੇ ਸਿੱਖ ਅਦਾਰਿਆਂ ਵਿੱਚ ਪੜ੍ਹੇ ਹੋਏ ਡਾਕਟਰ ਸੇਵਾ ਕਰਦੇ ਤਾਂ ਕਦੀ ਉਹਨਾਂ ਦੀ ਨੀਤ ਮਾੜੀ ਨਹੀਂ ਸੀ ਹੋ ਸਕਦੀ ਕਿਉਂਕਿ ਗੁਰੂ ਨਾਨਕ ਦੀ ਗੋਲਕ ਦੇ ਵਿੱਚ ਇੰਨੀ ਬਖਸ਼ਿਸ਼ ਹੈ ਕਿ ਸੱਜਣ ਠੱਗ ਵਰਗਿਆਂ ਨੂੰ ਸੱਜਣ ਸੰਤ ਬਣਾ ਦਿੰਦੀ ਹੈ ਕਿ ਗੁਰੂ ਦੀ ਗੋਲਕ ਐਸੀ ਹੈ ਤੁਹਾਡਾ ਇੱਕ ਇੱਕ ਰੁਪਈਆ ਇੱਥੇ ਜਿਹੜਾ ਆਉਂਦਾ ਹੈ ਨਾ ਬੜੀਆਂ ਅਰਦਾਸਾਂ ਨਾਲ ਬੜੀ ਬਰਕਤ ਵਾਲਾ ਆਉਂਦਾ ਸਾਡੇ ਘਰਾਂ ਦੀ ਰੋਟੀ ਆ ਤੁਹਾਡੇ ਇਹਨਾਂ ਦਿੱਤੇ ਹੋਏ ਪੈਸਿਆਂ ਨਾਲ ਚੱਲਦੀ ਹੈ ਬਹੁਤ ਬਰਕਤ ਹੁੰਦੀ ਇਹਨਾਂ ਪੈਸਿਆਂ ਦੇ ਵਿੱਚ ਮੈਂ ਸੱਚ ਕਹਿੰਦਾ ਤੁਹਾਡਾ ਦਿੱਤਾ ਹੋਇਆ ਦਾਨ ਜੇ ਸਹੀ ਦਿਸ਼ਾ ਵੱਲ ਚੱਲ ਪਏ ਸਾਡੇ ਸਿੱਖ ਬੱਚੇ ਅੱਜ ਵੱਡਿਆਂ ਅਹੁਦਿਆਂ ਤੇ ਪਹੁੰਚਣਗੇ ਇਕੱਲੇ ਸਿੱਖਾਂ ਨੂੰ ਨਹੀਂ ਉੱਥੇ ਰਹਿੰਦੀ ਹਰ ਕਮਿਊਨਿਟੀ ਨੂੰ ਉਹਦਾ ਫਾਇਦਾ ਹੋਏਗਾ ਕਿਉਂਕਿ ਸਿੱਖ ਸੋਚ ਮੈਂ ਦਾਅਵੇ ਨਾਲ ਕਹਿੰਦਾ ਕਿ ਸਭ ਤੋਂ ਉੱਚੀ ਸੋਚ ਹੈ ਕਦੀ ਵਿਤਕਰਾ ਨਹੀਂ ਕਰਦੀ ਇਹ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਮੁਕਤ ਭੁਗਤ ਜੁਗਤ ਤੇਰੀ ਸੇਵਾ ਸਾਡਾ ਸੇਵਾ ਵਾਲਾ ਸਿਧਾਂਤ ਹੈ ਇਕੱਲਾ ਲਿਖਿਆ ਹੀ ਨਹੀਂ ਇਹ ਭਾਈ ਘਨੱਈਆ ਜੀ ਨੇ ਕਰਕੇ ਵੀ ਦਿਖਾਇਆ ਸੀ ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਮੈਂ ਸਾਖੀਆਂ ਨਹੀਂ ਸੁਣਾਉਣੀਆਂ ਮੈਂ ਇਹ ਹੋਕਾ ਦੇਣ ਵਾਸਤੇ ਆਇਆ ਕਿ ਅੱਜ ਆਪਣੇ ਬੱਚਿਆਂ ਨੂੰ ਅਸੀਂ ਕਿਸੇ ਵੱਲ ਦੇਖਣ ਤੋਂ ਬਜਾਏ ਅੱਜ ਆਪਣੇ ਐਜੂਕੇਸ਼ਨ ਅਦਾਰੇ ਕਰੇ ਆਪਣੇ ਐਜੂਕੇਸ਼ਨ ਅਦਾਰੇ ਖੜ੍ਹੇ ਕਰੀਏ ਆਪਣੇ ਦਾਨ ਦੀ ਦਿਸ਼ਾ ਬਦਲੀਏ ਕਿ ਆਪਣੇ ਬੱਚਿਆਂ ਨੂੰ ਪੜ੍ਹਾਈਏ ਜਿੱਥੇ ਆਪਣੇ ਬੱਚੇ ਪੜ੍ਹਨਗੇ ਹੋਰਾਂ ਦੇ ਵੀ ਬੱਚੇ ਪੜ੍ਹਨਗੇ ਪਰ ਅੱਜ ਸਾਨੂੰ ਲੋੜ ਹੈ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਆਪਣੇ ਗ੍ਰੰਥੀ ਸਿੰਘਾਂ ਦਾ ਆਪਣੇ ਰਾਗੀ ਸਿੰਘਾਂ ਦਾ ਮਿਆਰ ਉੱਚਾ ਕਰੋ ਸਮਾਜ ਦੇ ਵਿੱਚ ਅੱਜ ਕੀ ਸੋਚ ਬਣੀ ਹੈ ਕਿ ਜਿਹਨੂੰ ਥੋੜ੍ਹਾ ਘੱਟ ਪੜ੍ਹਿਆ ਲਿਖਿਆ ਜਾਂ ਪੜ੍ਹਨਾ ਲਿਖਣਾ ਘੱਟ ਆਉਂਦਾ ਉਹਨੂੰ ਗ੍ਰੰਥੀ ਸਿੰਘ ਬਣਾ ਦਿੰਦੇ ਨਹੀਂ ਇਹ ਬਹੁਤ ਵੱਡੀ ਵਿਦਿਆ ਹੈ ਚਾਰ ਤੋਂ ਪੰਜ ਸਾਲ ਸੰਥਿਆ ਲੈ ਕੇ ਘਾਲਣਾ ਘਾਲ ਕੇ ਇਸ ਪੋਸਟ ਤੱਕ ਪਹੁੰਚਿਆ ਜਾਂਦਾ ਅਤੇ ਜਦੋਂ ਤੁਸੀਂ ਸਾਰੇ ਸੁੱਤੇ ਹੁੰਦੇ ਨਾ ਗ੍ਰੰਥੀ ਸਿੰਘ ਉਦੋਂ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦਾ ਹੈ ਇੱਕ ਦਿਨ ਉੱਠਣਾ ਔਖਾ ਹੋ ਜਾਂਦਾ ਪਰ ਉਹਦੀ ਰੋਜ਼ ਦੀ ਰੁਟੀਨ ਦੇਖਿਓ ਕਿਤੇ ਗ੍ਰੰਥੀ ਸਿੰਘ ਦੀ ਹੁਣ ਰਾਤ ਲਾਸਟ ਤੱਕ ਉਹਨੇ ਜਦੋਂ ਤੱਕ ਅਸੀਂ ਸਮਾਪਤ ਹੀ ਨਹੀਂ ਕਰ ਰਹੇ ਉਹਨਾਂ ਨੇ ਉਦੋਂ ਤੱਕ ਅਰਦਾਸ ਕਰਕੇ ਜਾਣਾ ਹੈ ਫਿਰ ਅੰਮ੍ਰਿਤ ਵੇਲੇ ਉੱਠਣਾ ਹੈ ਬਹੁਤ ਵੱਡੀ ਸੇਵਾ ਹੁੰਦੀ ਹੈ ਆਪਣੇ ਗ੍ਰੰਥੀ ਸਿੰਘਾਂ ਨੂੰ ਸੰਭਾਲੋ ਆਪਣੇ ਪਾਠੀ ਸਿੰਘਾਂ ਨੂੰ ਸੰਭਾਲੋ ਕੌਮ ਦੀ ਚੜ੍ਹਦੀ ਕਲਾ ਆਪਣੇ ਆਪ ਹੋਏਗੀ ਇਹ ਮੇਰੀ ਇੱਕ ਬੇਨਤੀ ਹੈ ਜਿੱਥੇ ਬੱਚਿਆਂ ਨੂੰ ਐਜੂਕੇਸ਼ਨ ਦਿਓ ਇਹਨਾਂ ਚੀਜ਼ਾਂ ਵੱਲ ਵੀ ਜ਼ਰੂਰ ਧਿਆਨ ਦਿਓ ਇਹ ਬਾਬਾ ਜੀ ਦੀ ਰਸੋਈ ਸਾਨੂੰ ਇਹ ਇਸ਼ਾਰੇ ਕਰਦੀ ਕਿ ਭਾਈ ਜਿੱਥੇ ਤੁਸੀਂ ਲੰਗਰ ਦਾ ਦਾਨ ਲਾਉਂਦੇ ਨੂੰ ਉੱਥੇ ਐਜੂਕੇਸ਼ਨ ਦਾ ਵੀ ਲੰਗਰ ਲਾਇਆ ਕਰੋ ਗੁਰੂ ਮੇਰ ਕਰੇ ਆਓ ਸਾਰੇ ਮਿਲ ਕੇ ਜਪੀ ਤੇਰੀ ਸੇਵਾ 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 ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਂਗੇ ਪਾਵੇ ਤਾਂ ਨਾਮ ਜਪਾ
سکھ پاؤ دیکھو جکارا کہندے جنہ نشان صاحب اچھا ہوندا ہے اونی آواز تاں جانی چاہی رہی ہے نا ہوں داس جکارا بلند کرے گا تو سارے نے بھرمی آواز جواب دینا بولے پاون شبد راجن کے راجا مہاراجن کے مہاراجا ایسو راج چھوڑ اور دوجا کون ہے یہ سکھا جڑے گرو دے لڑتوں لگا ہے سچ جانے دنیا تے ایسا رہبر نہیں ہے کیونکہ تن گرو گرنتھ صاحب جی مہاراج گرو گرنتھ صاحب کا جو اپدیش ہے وہ چون ورنا کو سانجا ہے کھتری برہمن سود ویس اپدیش چون ورنا کو سانجا مان کریا کر ایسو راج چھوڑ اور دوجا کون تے ہے دوجا نہیں ہے کوئی بھی کلگیتر شہنشاہ اکو ہی ہے جڑا اپنے پتاں دی شہادت تے جکارے بلند کردا ہے ایتھے بہت رہو رولیے آئے کہ جے پتا بھی سی کہ پتر نے واپس آ جانا ہے پھر بھی بہت ورلاپ کردے سی پر ایتھے سامنے کھڑے دیکھدے ہے کہ مینوں چاہے کہ میں تینوں شہید ہوندیاں دیکھاں کیونکہ انہیں سانو اپنے دھیاں پتر بنایا سی کیا سی کہ ان پتروں کے سیس پر وار دیے ست چار چار موئے تو کیا ہوا جیوت کئی ہزار سڑ دے وشواس کر کے کیا سی پلیا میں اپنے چار تیر تو وار چلے ہوں میں تیرے وچوں اپنے صاحب جادے نے درشن کرنے اجیت سنگھ ججہار سنگھ زوراور سنگھ فتح سنگھ میں تیرے چوں دیکھاں گا سکھا اپنے رہبر تے مان کر ایویں تھان تھان تے ستکار سبھنوں کا کرنا ہے پر اس سیس یہ دستار کلگیتر شہنشاہ دی ہے اینوں تھان تھان تے چکائی نہ ایک دا اوکے رہی آؤ یہ شبد پڑھ کے پھر سماعتی ول وداں گے اس تو بعد کچھ بینتیاں نے جو بھگت صاحب نے کرنیا پھر اسیں آرتی دا جو کیرتن ہے وہ بھی کرنا ہے یہ شبد پڑھ کے پھر دس رہے ہیں کیرتن کی سماپتی ہوئے کیونکہ سما اپنی چال چ بجا جا رہے ہیں ادا محسوس ہو رہا کہ جی ہوں کیرتن شروع کیا سی بھائی صاحب بہت آنند کیرتن کرتے بھائی ہرجندر سنگھ جی کرتارپور صاحب والے تو بہت وڈی گل ہے کہ کسی کیرتنیا کیرتنیا بیٹھ کے سنا ہے نہیں تو اپنا کیرتن کر کے سارے آپ اپنے روم چلے جاندے ہیں پر رحمت ہے ستگرو جی کی میری ارداس ہے ستگرو جی کے چرنوں میں کہ ستگرو انہوں ہور چڑھ دی کوشش کرن سکھ قوم کی سیوا چڑھ دی کلا چ کرن میری ارداس ہے آؤ ایک شبد پڑھاں گے پھر کچھ بینتیاں بگا صاحب کرن گے پھر آرتی کا پاٹ ہوئے گا آؤ سارے مل کے جکارا بلند کر کے پھر شبد پڑھیے جی بولے چرن من رہ گے ہمارا اپنا جان
करो प्रत पारा सो राज छोड़ियो दूजा कौन त्याए तुम हो सब राजन के राजा अपने राजन के राजा महाराजन के महाराजा जपो राजन राजन के राजा महाराजन के महाराजा ऐसो राज छोड़ और दूजा कौन ते बगा साहब वालों में बेनती आई है किसी की गड्डी अपने आप ही तुम देख लो कि गड्डी पार्किंग तो बिना खड़ी है वो ट्रैफिक जाम कर रही है वैसे मैं बिच अनाउंसमेंट करता नहीं होंगे क्योंकि एक फ्लो बनया होंगे कीर्तन का तो भाई टू सैवन डबल नाइन ये गड्डी किसी की खड़ी है बई वो अपने गड्डी नू पार्किंग च जां सेफ जगह पर ला के आओ जी आओ सारे मिल के फिर कीर्तन नाल जुड़ो राजन के राजा महाराजन के महाराजा Mother
راج چھوڑیا دوجا کون جائے ایسا راج چھوڑیا دوجا کون جائے راج ساری سنگت کٹھا جکارا بلند کرو تھی سارے جی واہ ست سری اکال ایسو راج چھوڑ اور دوجو چھوڑ چاہیے راجن کی راجا مہاراجن کی مہاراجا کٹان کوٹ شکر تن صاحب شری گرو گرنتھ صاحب جی مہاراج جی دیکھو ایک کیرتن یہ سماگم کرائے تاں ہی سفل ہے جی ادھر چوں کوئی آؤٹ پٹ نکلے تسی کچھ اتھوں لے کے جاؤ جڑے بھائی کلا جپجی صاحب کردے نے وہ اپنا نتنیم ہور وداؤ جڑے کلے چوپائی صاحب کردے نے وہ جپجی صاحب نال کرو اج اتھوں یہ چیز لے کے جانی ہے کہ ستگرو ساڈے نتنیم چ وادا ہوے ساڈے گھراں دے وچ بانی دا پرواہ چلے جڑے اج تک گرو والے نہیں بنے جنہاں نے امرت پان نہیں کیتا بھائی گرو دے جہاجے چڑھو کھنڈے باڈے دی پول شک کے گرو والے بنو یہ ساری ارداس ہے تہاڈے لئی کہ ستگرو تہانوں امرت دی دات بخشش کرے بگا صاحب جی دا میں بہت دھنوادی ہاں جنہاں نے میری بینتی منی سی تے یہ بہت سماج دے لئی سکھ قوم لئی بہت بڑے کارج کر رہے نے
ਤੁਸੀਂ ਸਹਿਯੋਗ ਕਰੋ ਗੁਰੂ ਇਹਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਉਣ ਵਾਲੇ ਦਿਨਾਂ 'ਚ ਹੋਰ ਸਿੱਖੀ ਲਈ ਮਾਨਵਤਾ ਲਈ ਇਹ ਵੱਡੇ ਕਾਰਜ ਕਰਨ ਇਹ ਸਾਡੀ ਅਰਦਾਸ ਹੈ।